ਅੱਜ ਪਹੁੰਚੇ ਹਾਂ ਬਠਿੰਡਾ NFL ਟਾਊਨਸ਼ਿਪ ਸੈਂਟ ਜੇਵੀਅਰ ਵਰਲਡ ਸਕੂਲ ਦੇ ਵਿੱਚ। ਜਿਵੇਂ ਕਿ ਤੁਹਾਨੂੰ ਰੋਜ਼ ਹੀ ਪਤਾ ਹੈ ਕਿ ਕਿਤੇ ਨਾ ਕਿਤੇ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਕੀਤੇ ਗਏ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਅਤੇ ਉਹਨਾਂ ਦੀ ਸਰਕਾਰ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਉਸੇ ਤਰ੍ਹਾਂ ਹੀ ਇਸ ਸਕੂਲ ਦੇ ਵਿੱਚ ਵੀ ਮਾਪਿਆਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੀਆਂ ਮੁਸ਼ਕਿਲਾਂ ਦੱਸਣ ਲਈ ਸਕੂਲ ਦੇ ਅੱਗੇ ਇਕੱਠੇ ਹੋਏ ਆ। ਆਓ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਕੀ ਹੈ ਮਸਲਾ ਜੀ? ਕੀ ਇਸ਼ੂ ਹੈ ਜੀ? ਰਕੇਸ਼ ਮੰਗਲਾ ਨਾਮ ਹੈ ਜੀ ਮੇਰਾ। ਓਕੇ ਸਰ। ਮੇਰੀ ਬੇਟੀ ਫਸਟ ਕਲਾਸ ਦੇ ਵਿੱਚ ਪੜ੍ਹਦੀ ਹੈ ਜੀ ਸੈਂਟ ਜੇਵੀਅਰ ਵਰਲਡ ਸਕੂਲ ਬਠਿੰਡਾ NFL ਟਾਊਨਸ਼ਿਪ। ਠੀਕ ਹੈ ਸਰ। ਇੱਥੇ ਸਰ ਇਸ਼ੂ ਕਾਫੀ ਇਸ਼ੂ ਹੈ ਜੀ। ਹਾਂਜੀ। ਸਭ ਤੋਂ ਪਹਿਲਾ ਇਸ਼ੂ ਜਿਹੜਾ ਸਭ ਤੋਂ ਵੱਡਾ ਇਸ਼ੂ ਹੈ, ਪੰਜਾਬ ਸਰਕਾਰ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਕਿ ਜੇ ਕੋਈ ਸਕੂਲ NCERT ਦੀਆਂ ਬੁੱਕਸ ਨਹੀਂ ਲਗਾਉਂਦਾ ਤਾਂ ਸਾਨੂੰ ਉਹਦੀ ਕੰਪਲੇਂਟ ਕੀਤੀ ਜਾਵੇ। ਓਕੇ ਸਰ। ਸਭ ਤੋਂ ਇਸ ਸਕੂਲ ਵੱਲੋਂ ਸਭ ਤੋਂ ਪਹਿਲੀ ਗੱਲ ਉਸ ਹੁਕਮ ਦੀਆਂ, ਐਜੂਕੇਸ਼ਨ ਮਿਨਿਸਟਰ ਦੀਆਂ, ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਜੀ। ਠੀਕ ਹੈ। ਐਕਸੀਡ ਕੰਪਨੀ ਦੀਆਂ ਬੁੱਕਸ ਇੱਥੇ ਲਗਾਈਆਂ ਜਾ ਰਹੀਆਂ ਸਰ। ਹਾਂਜੀ। ਜਿਹੜੀਆਂ ਕਿ ਬਹੁਤ ਜ਼ਿਆਦਾ ਕੋਸਟਲੀ ਹੈ। ਫਸਟ ਕਲਾਸ ਦੀਆਂ ਬੁੱਕਸ 6603 ਰੁਪਏ ਦੀਆਂ ਜੀ। ਬਠਿੰਡਾ ਸਿਟੀ ਦੇ ਵਿੱਚ ਇੱਕੋ ਦੁਕਾਨ ਤੇ ਮਿਲਦੀਆਂ ਜੀ, ਉਹ ਦੂਸਰੀ ਸ਼ੋਪ ਤੇ ਕਿਤੇ ਵੀ ਨਹੀਂ ਮਿਲਦੀ। ਕ੍ਰਿਸ਼ਨਾ ਬੁੱਕ ਡਿਪੂ ਹੈ ਜੀ। ਠੀਕ ਹੈ ਜੀ। ਆਰੀਆ ਸਮਾਜ ਚੌਕ ਤੋਂ ਥੋੜਾ ਜਿਹਾ ਅੱਗੇ ਜਾਂਦੇ ਆ ਤਾਂ ਕ੍ਰਿਸ਼ਨਾ ਬੁੱਕ ਡਿਪੂ ਤੋਂ ਇੱਕੋ ਦੁਕਾਨ ਤੋਂ ਮਿਲਦੀਆਂ। 6603 ਰੁਪਏ ਦਾ ਸੈੱਟ ਹੈ ਔਰ ਕੰਪਲੀਟ ਸੈੱਟ ਮਿਲਦਾ ਜੀ, ਨਾ ਉਸ 'ਚ ਤੁਸੀਂ ਕੁਛ ਕੱਢ ਸਕਦੇ ਹੋ ਤੇ ਨਾ ਪਾ ਸਕਦੇ ਹੋ। ਠੀਕ ਹੈ। ਐਕਸੀਡ ਕੰਪਨੀ ਦੀਆਂ ਬੁੱਕਸ ਹੈਗੀਆਂ। ਠੀਕ ਹੈ ਜੀ। ਉਹਨਾਂ ਬੁੱਕਸ ਦੇ ਨਾਲ ਸਰ ਲਾਸਟ ਈਅਰ ਸਾਨੂੰ ਇਹ ਦੋ ਵਾਊਚਰਸ ਦਿੱਤੇ ਗਏ ਸੀ। ਠੀਕ ਹੈ ਜੀ। ਜਿਹੜੇ ਕਿ 600 ਰੁਪਏ ਦੇ ਹੈ। ਠੀਕ ਹੈ ਜੀ। ਉਹ ਬੁੱਕ ਸੈਲਰ ਕਹਿੰਦਾ ਜੀ ਇਹ ਤੁਹਾਨੂੰ ਸਕੂਲ ਵਾਲੇ ਦੱਸਣਗੇ ਕਿ ਕੀ ਕਰਨਾ ਇਹਨਾਂ ਦਾ। ਠੀਕ ਹੈ। ਸਾਰਾ ਸਾਲ ਅਸੀਂ ਸਕੂਲ ਤੋਂ ਪੁੱਛਦੇ ਰਹੇ ਹਾਂ ਕਿ ਕੀ ਕਰਨਾ ਹੈ ਕੀ ਕਰਨਾ ਹੈ, ਸੈਸ਼ਨ ਖਤਮ ਹੋ ਗਿਆ, ਕੁਛ ਨਹੀਂ ਦੱਸਿਆ ਗਿਆ ਜੀ। ਇਸ ਸਾਲ 650 ਰੁਪਏ ਲੈ ਕੇ ਬੁੱਕਸ ਦੇ ਨਾਲ ਦੋ ਹੋਰ ਦਿੱਤੇ ਜੀ। ਠੀਕ ਹੈ ਜੀ। ਅਸੀਂ ਫਿਰ ਪੁੱਛਿਆ ਕੀ ਕਰਨਾ ਹੈ, ਕਹਿੰਦੇ ਜੀ ਦੱਸਾਂਗੇ। ਮਤਲਬ ਹਰ ਤਰੀਕੇ ਨਾਲ ਇੱਥੇ ਲੁੱਟ ਹੋ ਰਹੀ ਹੈ ਜੀ। ਆਹ ਸਰ ਡਾਇਰੀ ਦਿੱਤੀ ਸੀ ਸਕੂਲ ਦੀ ਲਾਸਟ ਈਅਰ। ਠੀਕ ਹੈ ਜੀ। ਇਸ ਦੇ ਵਿੱਚ ਸਿਰਫ ਨਾਮ ਲਿਖਿਆ ਗਿਆ। ਠੀਕ ਹੈ ਜੀ। ਜਿਹੜਾ ਕਿ ਮੇਰੇ ਵੱਲੋਂ ਲਿਖਿਆ ਗਿਆ ਹੈ ਵੀ। ਹਾਂਜੀ। ਸਿਰਫ ਇੱਕ ਪੇਜ ਤੇ ਲਿਖਿਆ ਗਿਆ ਜੀ। ਠੀਕ ਹੈ ਜੀ। ਬਾਕੀ ਕਿਤੇ ਵੀ ਸਾਰੀ ਡਾਇਰੀ ਖਾਲੀ ਹੈ ਜੀ। ਓਕੇ ਸਰ। ਇਸ ਵਾਰੀ ਅਸੀਂ ਬੁੱਕ ਸੈਲਰ ਨੂੰ ਕਿਹਾ ਕਿ ਸਾਨੂੰ ਡਾਇਰੀ ਰਹਿਣ ਦਿਓ ਜੀ, ਹੈਗੀ ਹੈ। ਉਹ ਕਹਿੰਦਾ ਜੀ ਫਿਰ ਤੁਹਾਨੂੰ ਸੈੱਟ ਹੀ ਨਹੀਂ ਮਿਲਦਾ, ਡਾਇਰੀ ਸਾਨੂੰ ਸਕੂਲ ਨੇ ਕੰਪਲਸਰੀ ਕੀਤੀ ਹੋਈ। ਤੁਸੀਂ ਪ੍ਰਿੰਸੀਪਲ ਨੂੰ ਜਾਂ ਮੈਨੇਜਮੈਂਟ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕੋਈ ਗੱਲਬਾਤ? ਸਰ 10 ਦਿਨ ਪਹਿਲਾਂ ਮਿਲੇ ਸੀ ਅਸੀਂ। ਅੱਛਾ। ਸਾਰੇ ਇਸ਼ੂ ਅਸੀਂ, ਫੀਸਾਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਗਈਆਂ। ਹਾਂਜੀ। ਬੁੱਕਸ ਦਾ ਇਸ਼ੂ, ਸਾਰੇ ਇਸ਼ੂ ਅਸੀਂ 10 ਦਿਨ ਪਹਿਲਾਂ ਪ੍ਰਿੰਸੀਪਲ ਮੈਮ ਨੂੰ ਮਿਲੇ ਸੀ। ਠੀਕ ਹੈ ਜੀ। ਸਾਰੇ ਪੇਰੈਂਟਸ ਅਸੀਂ ਸੀਗੇ, ਘੰਟਾ 2 ਘੰਟੇ ਸਾਡੀ ਮੀਟਿੰਗ ਹੋਈ ਸੀ। ਹਾਂਜੀ। ਉਹ ਕਹਿੰਦੇ ਕਿ ਸਾਨੂੰ ਹਫਤੇ ਦਾ ਟਾਈਮ ਦਿਓ, ਵਿਦਿਨ 1 ਵੀਕ ਮੈਂ ਮੈਨੇਜਮੈਂਟ ਨਾਲ ਗੱਲ ਕਰਕੇ ਤੁਹਾਡੇ ਮਸਲੇ ਹੱਲ ਕਰ ਦਾਂਗੇ। ਠੀਕ ਹੈ ਜੀ। 2 ਦਿਨ ਪਹਿਲਾਂ ਉਹਨਾਂ ਨੇ ਸਾਨੂੰ ਕਲੀਅਰਲੀ ਰਿਫਿਊਜ਼ ਕਰਤਾ, ਉਹ ਕਹਿੰਦੇ ਜੀ ਮੈਨੇਜਮੈਂਟ ਨੇ ਤੁਹਾਡੀ ਕੋਈ ਗੱਲ ਨਹੀਂ ਮੰਨੀ, ਸਾਰਾ ਕੁਝ ਐਸੇ ਤਰ੍ਹਾਂ ਹੀ ਚੱਲੂਗਾ ਜੀ। ਹਾਂਜੀ। ਟਰਾਂਸਪੋਰਟ ਦੇ ਜਿਹੜੇ ਚਾਰਜਸ ਆ ਉਹ 12 ਮਹੀਨੇ ਦੇ ਲਏ ਜਾਂਦੇ ਆ, ਜਦੋਂ ਕਿ 1 ਮਹੀਨੇ ਦੀਆਂ ਜੂਨ ਦੇ ਵਿੱਚ 1 ਦਿਨ ਵੀ ਸਕੂਲ ਨਹੀਂ ਲੱਗਦਾ। ਹਾਂਜੀ। ਬਾਕੀ ਸਕੂਲ 11 ਮਹੀਨਿਆਂ ਦੇ ਲੈਂਦੇ ਆ, ਕਹਿੰਦੇ ਅਸੀਂ ਤਾਂ 12 ਦੇ ਹੀ ਲਵਾਂਗੇ ਜੀ। ਸਾਡਾ ਸਿਸਟਮ ਐਸੇ ਤਰ੍ਹਾਂ ਹੀ ਚੱਲੂਗਾ ਸਰ। ਹਰ ਤਰੀਕੇ ਨਾਲ ਇੱਥੇ ਪੇਰੈਂਟਸ ਦੀ ਲੁੱਟ ਹੋ ਰਹੀ ਹੈ, ਕੋਈ ਸੁਣਵਾਈ ਨਹੀਂ ਹੋ ਰਹੀ ਸਰ। ਤਾਂ ਅਸੀਂ ਪੰਜਾਬ ਸਰਕਾਰ ਨੂੰ, ਐਜੂਕੇਸ਼ਨ ਮਿਨਿਸਟਰ ਨੂੰ ਵੀ ਮੇਲਸ ਰਾਹੀਂ ਕੰਪਲੇਂਟਸ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਕੀਤੀਆਂ ਹੈਗੀਆਂ, ਸਾਡੇ ਮਸਲੇ ਸਰ ਹੱਲ ਕੀਤੇ ਜਾਣਗੇ। ਠੀਕ। ਸਰ ਮੇਰਾ ਨਾਮ ਐਡਵੋਕੇਟ ਰਾਮ ਮਨੋਹਰ ਜੀ। ਅੱਛਾ ਜੀ। ਗੋਨਣਾ ਮੰਡੀ ਤੋਂ। ਠੀਕ ਹੈ ਜੀ। ਤੇ ਕੀ ਇਸ਼ੂ ਹੈ ਸਰ? ਸਰ ਇੱਕ ਤਾਂ ਇਹ ਹੈ ਜੀ, ਇਹਨਾਂ ਵੱਲੋਂ ਜਦੋਂ ਵੀ ਆਪਾਂ ਸਕੂਲ 'ਚ ਆਉਣਾ ਜੀ, ਹਰ ਸਾਲ ਜੋ ਸਟਾਰਟਿੰਗ ਦੇ ਵਿੱਚ ਆਉਣੇ ਆ, ਇਹਨਾਂ ਵੱਲੋਂ ਕਿਹਾ ਜਾਂਦਾ ਕਿ ਇਸ ਬੁੱਕ ਡਿਪੂ ਤੋਂ ਖਰੀਦਣੀ ਹੈ ਜੀ। ਠੀਕ ਹੈ ਜੀ। ਪਿਛਲੀ ਵਾਰ ਇਹਨਾਂ ਵੱਲੋਂ ਇੱਕ ਕਿਸੇ ਹੋਰ ਬੁੱਕ ਡਿਪੂ ਦਾ ਕਰ ਦਿੱਤਾ ਗਿਆ ਸੀਗਾ ਜੀ। ਹਾਂਜੀ। ਇਸ ਵਾਰ ਇਹਨਾਂ ਵੱਲੋਂ ਦਿੱਤਾ ਗਿਆ ਹੈਗਾ, ਪਿਛਲੀ ਵਾਰ ਇਹਨਾਂ ਵੱਲੋਂ ਦਿੱਤਾ ਗਿਆ ਸੀ ਅਸ਼ੋਕਾ ਬੁੱਕ ਡਿਪੂ ਦਾ। ਠੀਕ ਹੈ ਜੀ। ਅਸ਼ੋਕਾ ਕਾਪੀ ਮੈਨੂਫੈਕਚਰਸ। ਇਸ ਵਾਰ ਇਹਨਾਂ ਵੱਲੋਂ ਦਿੱਤਾ ਗਿਆ ਹੈਗਾ ਕ੍ਰਿਸ਼ਨਾ ਬੁੱਕ ਡਿਪੂ। ਠੀਕ ਹੈ। ਸਰ ਉਹਨਾਂ ਵੱਲੋਂ ਜੋ ਕਿਤਾਬਾਂ ਲੈਣ ਜਾਂਦੇ ਆ, ਉਹ ਕਹਿੰਦੇ ਵੀ 603 ਰੁਪਏ ਕਿਤਾਬਾਂ ਐਕਸੀਡ ਕੰਪਨੀ ਦੀਆਂ। ਠੀਕ ਹੈ ਜੀ। ਅਸੀਂ ਕਿਹਾ ਵੀ 603 ਰੁਪਏ ਦੀਆਂ ਫਸਟ ਕਲਾਸ ਦੇ ਬੱਚੇ ਦੀ ਕਿਤਾਬਾਂ ਤਾਂ ਬਹੁਤ ਜ਼ਿਆਦਾ ਕੋਸਟਲੀ ਹੈ ਜੀ। ਹਾਂਜੀ। ਉਹ ਕਹਿੰਦੇ ਜੇਕਰ ਤੁਸੀਂ ਲੈਣੀ ਹੈ ਲਓ, ਨਹੀਂ ਤਾਂ ਤੁਸੀਂ ਸਕੂਲ ਨਾਲ ਗੱਲ ਕਰੋ। ਠੀਕ ਹੈ ਜੀ। ਜਿਹੜੀ ਕਿਤਾਬਾਂ ਸਰ ਇਹ 'ਚ ਕੁਛ ਕਾਪੀਆਂ ਇਹੋ ਜਿਹੀਆਂ ਜਿਨ੍ਹਾਂ ਦੇ ਉੱਤੇ MRP ਨਹੀਂ ਹੈਗਾ ਜੀ। ਹਾਂਜੀ। ਮੇਰੇ ਵੱਲੋਂ ਇਸ ਦੇ ਲਈ ਉਹਨਾਂ ਨੂੰ ਕਿਹਾ ਗਿਆ ਇਹਦੇ 'ਤੇ MRP ਹੈ ਨਹੀਂ ਗਾ, ਉਹ ਕਹਿੰਦੇ ਜੇਕਰ ਤੁਸੀਂ ਲੈਣੀ ਹੈ ਲਓ, ਨਹੀਂ ਲੈਣੀ ਨਾ ਲਓ, ਇਹ ਸਾਨੂੰ ਸਕੂਲ ਵੱਲੋਂ ਪ੍ਰੋਵਾਈਡ ਕਰਾਈ ਗਈਆਂ ਤੁਹਾਨੂੰ ਵੇਚਣ ਦੇ ਲਈ। ਠੀਕ ਹੈ ਜੀ। ਮੈਂ ਕਿਹਾ ਵੀ ਇਹਦੇ 'ਤੇ MRP ਵੀ ਹੈ ਨਹੀਂ ਗਾ ਜੀ। ਹਾਂਜੀ। ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ 180 ਰੁਪਏ ਦੀ ਹੈ ਬੁੱਕ। ਓਕੇ। ਜੇ ਤੁਸੀਂ ਕਾਪੀ ਲੈਣੀ ਹੈ ਲਓ, ਨਹੀਂ ਲੈਣੀ ਨਾ ਲਓ। ਠੀਕ ਹੈ ਜੀ। ਇਸ ਦੇ ਨਾਲ ਦੀਆਂ ਲਗਭਗ 3 ਕਾਪੀਆਂ ਸੀਗੀਆਂ ਜੀ ਅਤੇ 1 ਡੈਰੀ ਸੀਗੀ ਜੀ। ਜੇ ਡੈਰੀ ਹੈਗੀ ਉਹਦੇ ਉੱਤੇ ਵੀ MRP ਨਹੀਂ ਹੈਗਾ, ਡੈਰੀ ਦੇ ਉੱਤੇ ਬਕਾਇਦਾ ਸਕੂਲ ਦਾ ਨਾਮ ਵਗੈਰਾ ਪਬਲਿਸ਼ ਕੀਤਾ ਗਿਆ ਜੀ, ਕਾਪੀਆਂ ਦੇ ਉੱਤੇ ਵੀ ਕੀਤਾ ਗਿਆ ਜੀ। ਜਿਹੜੇ ਕਾਪੀਆਂ ਸਰ ਉਹ ਜਿਹੜੀ ਪਿਛਲੇ ਸਾਲ ਕਾਪੀ 30 ਰੁਪਏ ਦੀ ਸੀਗੀ ਜੀ, ਹਾਂਜੀ, ਉਹ ਵੀ ਪਿਛਲੇ ਸਾਲ ਵੀ ਵਿਦਾਊਟ MRP ਸੀਗੀ, ਇਸ ਸਾਲ ਵੀ ਵਿਦਾਊਟ MRP ਹੈ। ਜਿਹੜੀ
दूसरा सर एक लैगा मीटर फंड है जी। हाँ जी, जेड़े फंड है यह पिछले साल 11,470 रुपए भराए जाते हैं जी। ठीक है जी। इस साल 1,500 रुपए भराए जा रहे हैं जी। अच्छा, जेड़े कि लगभग 33-34% इंक्रीज हो चुके हैं जी। इस दे लई साडे वाल स्कूल प्रिंसीपल नाल भी बेनती की गई थी जी। हाँ जी, कि यह बहुत ज्यादा है जी, लगभग 33-34% बनाए जा चुके हैं। ठीक है जी। तो वह कहते भी इस दे लई असीं अपने सीनियर्स नाल गल करके तुहानू दस दित्ता जाऊगा। फिर की जवाब मिले जी? हुण उन्हां वल्लों फोन आ चुका जी कि यह निकट आए जाएंगे। मैं इन्हों गल की जेडे बुक्स थोड़े वालों विदाउट एम आर पी दी जा रही है बारे की कहना है वो कहते हाँ। बारे सोच रहे हैं कि मैनेजमेंट ना गल करते हैं कि इस तुम कोई रिप्लाई नहीं। हाँ जी, ये सर मसला उम्मीद उम्मीद सारे पेंडिंग साढ़े। ठीक है। हाँ जी सर, मेरा नाम गौरव है जी। मैं बठिंडा तो, मैं 2019 के मेरी बेटी की एडमिशन करवाई थी। उस साल एडमिशन के टाइम इन्होंने मैनू एक फीस स्ट्रक्चर स्लिप देती सी। इन्होंने मैनू दस्सिया कि तुहाडे बच्चे की फीस एक साल तो पहली क्लास तो लेके पंजवीं क्लास तक सेम रहेगी, एक रुपया नहीं सी असीं वधाउणा। ठीक है जी। मैनू आश्वासन हो गया कि मेरी फीस मैं पे कर सकदा, इन्नी मैं अफोर्ड कर सकदा, तो मैं अपनी बच्चे की एडमिशन करवा दी। हाँ जी। उस तो बाद इन्होंने हर साल दर साल इन्होंने वो वाधा जारी रखा। तो मैं इन्हों कंप्लेट भी की भी सर मेरे नाल धोखा करी जाने तुसीं, पर इन्होंने कहा है असी ट्यूशन फीस साड़ी जिहड़ी असी वधा रहे हैं साड़ा राइट है। ठीक है जी। पर इन्होंने जिहड़ी साडे नाल प्रोमिस किया सी वह आई बार तोड़ दे रहे। इन्होंने साडू सिबलिंग डिस्काउंट दे रहे सी पहला 15% जो इस बार इन्होंने वह भी कट के 10% कर दिता। सिंगल पेरेंट नू 35% पहला डिस्काउंट जाता रहिंदा सी, पर इन्होंने वह भी कट के 20% कर दिता। हालांकि NFL इंपलॉयज नू इह हजा जिहड़ा इन्होंने डिस्काउंट है सेम एज इट इज़ चल रहा है। ठीक है जी। ते उस दे लई असीं इन्हां नाल गल की सी, मैनेजमेंट ने सानू कहा सी सानू हफ्ता दो असीं इहनू दुरुस्ती करांगे, पर साडे कोई सुनवाई नहीं। इसलिए असीं सारे हुण इकट्ठे होए हाँ, 70-80 पेरेंट्स अज असीं आए हाँ। तो इस लई साडी मैनेजमेंट नू इह द्वारा असीं दरखास्त करदे वी इहनू दुरुस्त कीता जा। 11 महीने का ट्रांसपोर्ट दे चार्जिस सारे स्कूल लैंदे है, पर इह स्कूल इह हैगा जिहड़ा 12 महीने की फीस लैंदा है। सर मेरा नाम नीरू है, मेरा बेटा 6 क्लास च पढ़ता सर। सर सब तो पहली गल तो जिहड़ी फीस है अगर ओवरऑल की गल की जाए 13.91% इन्होंने इंक्रीज की है, और सिंगल पेरेंट की जिहड़ी पहला फीस स्कूल फीस ट्यूशन फीस से अमालगमेशन चार्जिज इनकलूड करके अप्रोक्सीमेटली 40,000 जा रहे सी, इस बार वह 53,500 जा रहे हैं। तो तुसी देखो 40 तो सीधी 55 सिंगल पेरेंट लिए, जो चलो हर एक की पॉकेट अलाउ नहीं करते। अगर इन्होंने इनक्रीज करना भी सीता सानू यह इंटीमेशन देंगे दिसंबर या जन च, बाकी स्कूल भी पहला इंटीमेशन देंगे। इन्होंने सानू अप्रैल च दसिया, इस टाइम तो असं बच्चे स्विच भी नहीं कर सकते, असं इन्हें अफोर्ड भी नहीं कर सकते। इस करके सानू यही है भी साड़ियाँ जिहड़ियां प्रॉब्लम्स हैं सॉल्व कीतिया जाण, क्योंकि साढ़े बच्चे का साल खराब हो गया। सेकेंडली सर ट्रांसपोर्टेशन जदों असं लै ही नहीं रहे छुट्टियां च, तो फिर वो चार्जिज क्यों लग रहे हैं सानू? सीड कंपनी दी बुक्स है वह एक बॉक्स आता है 25-30 बुक्स है, वो 10-12-15 बुक्स तो वह है रीडर पढ़न वाली, 10-12 है उस नोटबुक्स जिहड़ी जिस ते बच्चे ने लिखना हुंदा है। ठीक है जी। नोटबुक्स बच्चा लिख के कम करके खत्म कर दिंदा है। तुसीं कंपनी दी चलाकी देखो लुट करन दी कि वो रीडर बुक्स एक बच्चे दियां दूसरा बच्चा पुरानियां पढ़ सकदा है, पर जिहड़ियां राइटिंग बुक्स है वह नहीं कर सकता। वह चलो बंदा बाजार दे विचों नवीआं लै ले, पर वह खुल्लियां मिलदियां नहीं सर, पूरे का पूरा सैट ही मिलेगा सानूं। एक बुक भी जो थोड़ी घट की तो कल नहीं लै सकते, पूरा सैट ही लै सकते, ये मतलब बंदिश है सारे पेरेंट्स के। हाँ जी सर, की नाम है? मेरा नाम राकेश है जी, मैं बठिंडा तो हाँ जी। साडा इशू यह है जी, जिहड़ा स्कूल दी बुक्स है जी वो काफी कोस्टली है जी। ठीक है जी। तो इन्होंने जिहड़ी मतलब स्कूल दी बुक्स है जी ऑनलाइन दिखाया हुआ है, साडी 20 शॉप तो मिलदी है जी बुक्स जी, लेकिन वो बिल्कुल गलत है जी। अच्छा, सिर्फ वो 21 शॉप तो मिलदी है जी, वह कृष्णा बुक डिपो जी, जी उन्होंने तो लैन जाओ जी, वो कहते हैं भी साढ़े तो लैनिया लो नहीं, किसी होर लो जी, होर कि नहीं मिलती है जी, स्कूल ने किसी होर कि प्रोवाइड नहीं प्रिंसिपल मैम ना जा मैनेजमेंट ना गल की। असि 10 दिन पहले सारी गलबात की थी जी, उन्होंने सानू 10 दिन का टाइम दिता सीगा जी। ओके। अज 12-13 दिन हो चुके हैं जी, साड़ी कोई सुनवाई नहीं हैगी जी। ठीक है। स्कूल ने अपनी जी है एनुअल फीस हैगी जी, वह भी बहुत इनक्रीज की हुई है जी। पहले वो 10,000 कुछ रुपए सीगी जी, जिहड़ी हुण वधा के जी 17,000 रुपए कर दिती गई हैगी। असी अपना सैकंड बच्चा लगवाना सीगा जी, असी क्या जी वो पुरानी ते लगवा लो जी, कहंदे नहीं जी हुण साडी इन्नी ही वधाती जी, 10,000 तो उन्होंने सीधा ही 17,000 करता जी, तुसीं अपना सैकंड बच्चा एडमिशन करवाना है।